ਹੋ ਵੀ ਧਾਲੀਵਾਲ ਜੀ ਸਾਡੇ ਨਾਲ ਮੌਜੂਦ ਨੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਧਾਲੀਵਾਲ ਸਾਹਿਬ ਸਭ ਤੋਂ ਪਹਿਲੇ ਬਾਦਲ ਸਾਹਿਬ ਦਾ ਨਾਮ ਆਉਂਦੇ ਹੀ ਕੀ ਮਨ ਵਿੱਚ ਆਉਂਦਾ ਚਿੱਤ ਵਿੱਚ ਕੀ ਆਉਂਦਾ ਉਸਦਾ ਇੱਕ ਯੁੱਗ ਖਤਮ ਹੋ ਗਿਆ ਪੰਜਾਬੀਅਤ ਦਾ ਯੁੱਗ ਕਿਸਾਨੀ ਦਾ ਯੁੱਗ ਸਿਆਸਤ ਦਾ ਯੁੱਗ ਵਧੀਆ ਇਨਸਾਨੀਅਤ ਦਾ ਯੁੱਗ ਖਤਮ ਹੋ ਗਿਆ ਬਹੁਤ ਵਧੀਆ ਬਾ ਕਮਾਲ ਇਨਸਾਨ ਆਪਣੇ ਮਨ 'ਤੇ ਕਾਬੂ ਆਪਣੀ ਸ਼ਖਸੀਅਤ ਨੂੰ ਨਿਖਾਰ ਕੇ ਰੱਖਣਾ ਨਿਰੋਗ ਰਹਿਣਾ ਸਮੇਂ ਸਿਰ ਪਹੁੰਚਣਾ ਮਤਲਬ ਤੁਸੀਂ ਗੱਲ ਤਾਂ ਕਰੋ ਨਾ ਕਿਸ ਚੀਜ਼ 'ਚ ਕਿੱਥੇ ਕਮੀ ਸੀ ਉਹਨਾਂ 'ਚ ਕਿਤੇ ਵੀ ਨਹੀਂ ਪਰਿਵਾਰ ਉਹਨਾਂ ਦੇ ਨਾਲ ਸੀ ਪੰਜਾਬ ਉਹਨਾਂ ਦੇ ਨਾਲ ਸੀ ਅਤੇ ਸਿਆਸਤ ਉਹਨਾਂ ਦੇ ਨਾਲ ਸੀ ਸਿਆਸਤਦਾਨ ਉਹਨਾਂ ਦੇ ਨਾਲ ਸੀ ਅਤੇ ਰੱਬ ਦੀ ਬੜੀ ਕਿਰਪਾ ਸੀ ਕਿ ਸਭ ਤੋਂ ਛੋਟੀ ਉਮਰ ਦਾ ਭਾਰਤ 'ਚ ਸਰਪੰਚ ਬਣਨਾ ਅਤੇ ਸਭ ਤੋਂ ਵੱਡੀ ਉਮਰ ਦਾ ਭਾਰਤ 'ਚ ਮੁੱਖ ਮੰਤਰੀ ਬਣਨਾ ਨਿਰੋਗ ਰਹਿਣਾ ਪਰਿਵਾਰ 'ਚ ਰਹਿਣਾ ਮਿੱਟੀ ਨਾਲ ਜੁੜੇ ਰਹਿਣਾ ਅਤੇ ਹਰ ਦਿਲ ਦੀ ਗੱਲ ਮਜ਼ਾਕ 'ਚ ਕਹਿ ਦੇਣਾ ਮੰਚ ਤੋਂ ਕਹਿ ਦੇਣਾ ਅਤੇ ਗੰਭੀਰਤਾ ਉਹ ਵੀ ਬਹੁਤ ਸੀ ਹੋਏ ਹੋਣੇ ਨੇ ਦੁੱਖ ਵੀ ਹੋਇਆ ਹੋਣਾ ਕਿਤੇ ਸੱਟ ਵੀ ਲੱਗੀ ਹੋਣੀ ਆ ਉਹਨਾਂ ਨੂੰ ਕਿਸੇ ਦੀ ਗੱਲ ਵੀ ਚੁਭੀ ਹੋਣੀ ਆ ਕੋਈ ਐਸੀ ਗੱਲ ਵੀ ਹੋਈ ਹੋਣੀ ਆ ਜਿਹੜੀ ਉਹ ਚਾਹ ਕੇ ਵੀ ਪੂਰੀ ਨਾ ਕਰ ਸਕੇ ਪੰਜਾਬ ਵਾਸਤੇ ਜਾਂ ਕੋਈ ਗੱਲ ਐਸੀ ਕੀਤੀ ਉਹਨਾਂ ਨੂੰ ਲੱਗਿਆ ਕਿ ਠੀਕ ਹੋਊਗੀ ਪਰ ਗਲਤ ਹੋ ਗਈ ਹੋਣੀ ਹੈ ਦੁੱਖ ਤਾਂ ਅੰਦਰੋਂ ਇਨਸਾਨ ਨੂੰ ਹੁੰਦਾ ਹੀ ਆ ਜਦੋਂ ਕੰਮ ਕਰਦਾ ਗਲਤੀਆਂ ਵੀ ਹੁੰਦੀਆਂ ਨੇ ਪਰ ਉਸ ਇਨਸਾਨ ਨੂੰ ਰੱਬ ਦੀ ਬਖਸ਼ਿਸ਼ ਸੀ ਕਿ ਆਪਣੇ ਆਪ ਦੇ ਉੱਤੇ ਕੰਟਰੋਲ ਬਹੁਤ ਸੀ ਸੋ ਬਾਦਲ ਸਾਹਿਬ ਦੇ ਨਾਲ ਇੱਕ ਯੁੱਗ ਜਿਹੜਾ ਹਰ ਕੋਨਿਓ 'ਚੋਂ ਪਰਪੱਕ ਸੀ ਉਹ ਯੁੱਗ ਖਤਮ ਹੋ ਗਿਆ ਧਾਲੀਵਾਲ ਸਾਹਿਬ ਕਹਿੰਦੇ ਕਿ ਇਕੱਲੇ ਬਾਦਲ ਸਾਹਿਬ ਅਜਿਹੇ ਇਨਸਾਨ ਸੀ ਜਿਨ੍ਹਾਂ ਦੇ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਪੈਰੀ ਹੱਥ ਲਾਉਂਦੇ ਸੀਗੇ ਇਸ ਤੋਂ ਅੰਦਾਜ਼ਾ ਲੱਗਦਾ ਕਿ ਕਿੰਨੇ ਵੱਡੇ ਸ਼ਖਸੀਅਤ ਸੀ ਖੁਦ ਪ੍ਰਧਾਨ ਮੰਤਰੀ ਸਾਹਿਬ ਪਹੁੰਚਦੇ ਨੇ ਚੰਡੀਗੜ੍ਹ ਵਿਖੇ ਬਹੁਤ ਵੱਡੀ ਸ਼ਖਸੀਅਤ ਸੀ ਬਾਦਲ ਸਾਹਿਬ ਬਹੁਤ ਕਮਾਈ ਆ ਉਹਨਾਂ ਦੀ ਦੇਖੋ ਕਮਾਈ ਪੈਸੇ ਦੀ ਵੀ ਹੁੰਦੀ ਹੈ ਪਰਿਵਾਰ ਦੀ ਵੀ ਕਮਾਈ ਹੁੰਦੀ ਹੈ ਪੰਜਾਬੀਅਤ ਦੀ ਵੀ ਹੁੰਦੀ ਹੈ ਸਿਹਤ ਦੀ ਵੀ ਹੁੰਦੀ ਹੈ ਸਿਆਸਤ ਦੀ ਵੀ ਹੁੰਦੀ ਹੈ ਆਪਣੇ ਦੇਸ਼ ਕੌਮ ਦੀ ਵੀ ਹੁੰਦੀ ਹੈ ਅਤੇ ਯਾਰਾਂ ਮਿੱਤਰਾਂ ਦੀ ਵੀ ਹੁੰਦੀ ਹੈ ਸੱਜਣ ਸਕਿਆਂ ਸੰਬੰਧੀਆਂ ਦੀ ਵੀ ਹੁੰਦੀ ਹੈ ਹਰ ਪੱਖੋਂ ਉਹਨਾਂ ਨੇ ਪਰਪੱਕ ਸੀ ਔਰ ਤਰੱਕੀ ਕੀਤੀ ਹੈ ਬਹੁਤ ਮਹਾਨ ਇਨਸਾਨ ਸੀ ਸਰ ਕਹਿੰਦੇ ਕਿ ਅਦਾਕਾਰ ਬੜੇ ਸੈਂਸਿਟਿਵ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਇਸ ਵਕਤ ਦੁਨੀਆ ਸਭ ਤੋਂ ਵੱਡੇ ਦੁੱਖ ਤੋਂ ਗੁਜ਼ਰ ਰਹੇ ਨੇ ਉਹਨਾਂ ਨੂੰ ਹੌਸਲਾ ਦੇਣ ਲਈ ਕੁਝ ਕਹਿਣਾ ਚਾਹੋ ਤੁਸੀਂ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਲਈ ਵੱਡੇ ਵੀਰ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵਾਸਤੇ ਮੇਰਾ ਸੁਨੇਹਾ ਵੀ ਚੜ੍ਹਦੀ ਕਲਾ 'ਚ ਰਹੋ ਚੜ੍ਹਦੀ ਕਲਾ 'ਚ ਰਹੋ ਡੋਲ ਲਿਓ ਨਾ ਬਹੁਤ ਕੁਛ ਹੁੰਦਾ ਬਹੁਤ ਕੁਛ ਤੁਸੀਂ ਸਿਹਾ ਬਹੁਤ ਤੁਹਾਡੇ ਖਿਲਾਫ਼ ਹੋਣਗੇ ਬਹੁਤ ਹੱਕ 'ਚ ਹੋਣਗੇ ਪਰ ਤੁਸੀਂ ਆਪਣੀ ਸ਼ਖਸੀਅਤ ਨੂੰ ਕਾਬੂ 'ਚ ਕਰਕੇ ਚੜ੍ਹਦੀ ਕਲਾ 'ਚ ਰਹੋ ਡੋਲਿਓ ਨਾ ਥੈਂਕ ਯੂ ਵੈਰੀ ਮੱਚ ਤਾਂ ਬਿਲਕੁਲ ਸਾਡੇ ਨਾਲ ਹੋ ਵੀ ਧਾਲੀਵਾਲ ਜੀ ਮੌਜੂਦ ਸੀਗੇ ਸੁਖਬੀਰ ਸਿੰਘ ਬਾਦਲ ਲਈ ਵਿਸ਼ੇਸ਼ ਤੌਰ 'ਤੇ ਸੁਨੇਹਾ ਦਿੱਤਾ ਹੈ ਕਿ ਚੜ੍ਹਦੀ ਕਲਾ ਵਿੱਚ ਰਹੋ ਡੋਲਿਓ ਨਾ ਲੋਕ ਬਹੁਤ ਕੁਛ ਬੋਲਣਗੇ ਬਹੁਤ ਅਜਿਹਾ ਸਮਾਂ ਆਵੇਗਾ ਪਰ ਡੋਲਿਓ ਨਾ ਚੜ੍ਹਦੀ ਕਲਾ ਵਿੱਚ ਰਹੋ ਇਹ ਵਿਸ਼ੇਸ਼ ਤੌਰ 'ਤੇ ਮੈਸੇਜ ਹੋ ਵੀ ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਦੈਨਿਕ ਸਵੇਰਾ ਦੇ ਮਾਧਿਅਮ ਨਾਲ ਦਿੱਤਾ ਹੈ ਪਿੰਡ ਬਾਦਲ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ